ਦਿਲ ਦੀਆਂ ਗੱਲਾਂ ਦਾ ਸਫ਼ਰਨਾਮਾ ਚੱਲ ਰਿਹਾ ਹੈ ਲਵ ਗੁਰੂ ਦੇ ਨਾਲ। ਵੀਨੂ ਕਾ ਮੈਸੇਜ ਆਇਆ ਹੈ ਮੁਝੇ ਕਿ ਮੇਰਾ ਨਾਮ ਵੀਨੂ ਹੈ ਔਰ ਮੇਰੇ ਸਾਥ ਪਿਆਰ ਮੈਂ ਬਸ ਨਾ ਉਮੀਦੀ ਹੀ ਮੁਝੇ ਹਾਸਿਲ ਹੋਈ ਹੈ, ਮੁਝੇ ਧੋਖਾ ਦੇ ਜਾਤੇ ਹੈ। ਇਨਫੈਕਟ ਬਤਾਈਏ ਆਪ ਯੇ ਕਿਉਂ ਹੋਤਾ ਹੈ, ਮੁਝੇ ਸਮਝ ਮੇਂ ਨਹੀਂ ਆਤਾ। ਦੂਸਰਾ ਚਾਂਸ ਦੇ ਲਵਰ ਕੋ ਪਰ ਵੋ ਵੀ ਦੁੱਖ ਦੇ ਗਿਆ, ਐਸਾ ਕਿਉਂ ਹੋਤਾ ਹੈ। ਅਬ ਆਪਨੇ ਯੇ ਨਹੀਂ ਲਿਖਾ ਹੈ ਕਿ ਵੀਨੂ ਜੀ ਕਿਸ ਹਾਲਾਤ ਮੇਂ ਯੇ ਧੋਖਾ ਆਪਕੋ ਮਿਲਾ ਹੈ, ਕਿਸੀ ਔਰ ਕੋ ਲੇਕਰ ਧੋਖਾ ਦੀਆ ਆਪਕੇ ਪਿਆਰ ਨੇ ਯਾ ਫਿਰ ਆਪਕੀ ਉਮੀਦੋਂ ਪੇ ਖਰਾ ਨਹੀਂ ਉਤਰਾ। ਕਈ ਵਾਰ ਐਸਾ ਹੋਤਾ ਹੈ ਕਿ ਹਮ ਬਹੁਤ ਸਾਰੀ ਐਕਸਪੈਕਟੇਸ਼ਨਸ ਬਾਂਧ ਲੇਤੇ ਹੈਂ, ਐਸੀ ਐਕਸਪੈਕਟੇਸ਼ਨਸ ਜੋ ਹਮ ਆਪਣੇ ਪਿਆਰ ਕੇ ਸਾਥ ਸ਼ੇਅਰ ਨਹੀਂ ਕਰਤੇ, ਲੇਕਿਨ ਆਪਣੇ ਮਨ ਹੀ ਮਨ ਹਮ ਉਸੇ ਬਹੁਤ ਕੁਛ ਐਕਸਪੈਕਟ ਕਰਨਾ ਸ਼ੁਰੂ ਕਰ ਦਿੱਤੇ। ਐਂਡ ਕਭੀ ਕਭੀ ਵੋ ਬੜਾ ਮੁਸ਼ਕਿਲ ਹੋਤਾ ਹੈ ਉਸਕੇ ਲੀਏ ਨਿਭਾਨਾ, ਪੂਰਾ ਕਰਨਾ। ਐਸੀ ਸਿਚੁਏਸ਼ਨ ਮੇਂ ਹਮ ਅਕਸਰ ਆਪਣੇ ਆਪ ਕੋ ਪਰੇਸ਼ਾਨ ਪਾਤੇ, ਉਦਾਸ ਪਾਤੇ ਔਰ ਡਿਸਅਪੋਇੰਟ ਹੋ ਜਾਤੇ। ਔਰ ਯੇ ਧੋਖਾ ਲਫ਼ਜ਼ ਹਮ ਕਿਸੀ ਕੇ ਲੀਏ ਇਸਤੇਮਾਲ ਕਰੇਂ ਯਾ ਵੋ ਆਪਕੀ ਉਮੀਦੋਂ ਪੇ ਪੂਰਾ ਨਾ ਉਤਰੇ, ਮਾਯੂਸ ਕਰੇ ਆਪਕੋ, ਤੋ ਉਸਕੇ ਪੀਛੇ ਕੋਈ ਕਹਾਣੀ ਹੋਤੀ ਹੈ, ਕੋਈ ਕਾਰਨ ਹੋਤਾ ਹੈ। ਤੋ ਵੀਨੂ ਜੀ ਮੁਝੇ ਵੋ ਕਹਾਣੀ ਸੁਣਨੀ ਹੈ, ਡਿਟੇਲ ਮੇਂ ਜਾਣਨੀ ਹੈ, ਤਭੀ ਮੈਂ ਆਪਕੀ ਮਦਦ ਕਰ ਸਕਤਾ ਹੂੰ। ਕਿਉਂਕਿ ਆਪ ਇੱਕ ਜਨਰਲ ਸਟੇਟਮੈਂਟ ਦੇ ਦੇ, ਉਸੇ ਆਪ ਆਪਣੀ ਕਿਸਮਤ ਕੋ ਕੋਸੇਂ, ਆਪ ਇਹ ਸੋਚੇ ਮੇਰੇ ਹੀ ਸਾਥ ਐਸਾ ਹੋਤਾ ਹੈ, ਨਹੀਂ ਬਹੁਤ ਲੋਕੋਂ ਕੇ ਸਾਥ ਐਸਾ ਹੋਤਾ ਹੈ। ਲੈਟਸ ਜਸਟ ਟ੍ਰਾਈ ਐਂਡ ਸੋਲਵ ਦ ਪ੍ਰੋਬਲਮ। ਜੇ ਤੁਹਾਡੇ ਦਿਲ ਦੀ ਕੋਈ ਪਰੇਸ਼ਾਨੀ, ਕੋਈ ਟੈਨਸ਼ਨ, ਕੋਈ ਇਸ਼ੂ ਹੈ ਤਾਂ ਮੈਨੂੰ ਕਾਲ ਕਰਕੇ ਦੱਸ ਸਕਦੇ ਹੋ 3919911 ਤੇ 3919911 ਤੇ। ਜੇ ਪਟਿਆਲਾ ਤੋਂ ਬਾਹਰੋਂ ਕਾਲ ਕਰ ਰਹੇ ਹੋ ਤਾਂ 0175 0175 ਕੋਡ ਜ਼ਰੂਰ ਲਗਾਓ।